Priya ji, कौन बोल रहे? हाँ जी वीर जी, सत श्रीकाल जी। अच्छा तुसी चंडीगढ़ वाले? ओ नहीं, फीड नहीं किया एक्चुअली, वो दूसरा नंबर फीड किया जरा, वो डुप्लीकेट वाला। हाँ जी हाँ जी, ठीक है ठीक है, मैं फीड कर लाँगा, सोने में मैं फीड कर लाँगा वीर जी। अच्छा मंगलवार आना तुसी? अच्छा जी, कोई गल नहीं, जो मर्जी आ रही हो। हाँ जी कोई गल नहीं, कोई गल नहीं सर, मोस्ट वेलकम। सर आप कंप्लीट करके ही दोगे सर? ਉਹ ਸਨੂਕਰ ਦੇ ਵਿੱਚ ਵੀਰ ਜੀ ਸਾਰਾ ਕੁਛ ਦੇਵਾਂਗੇ, ਸਨੂਕਰ ਨਾਲ ਹੁੰਦਾ ਸਾਰਾ ਕੁਛ। ਵੀਰ ਜੀ ਤੁਸੀਂ ਨਾ ਵਹਿਮ, ਤੁਸੀਂ ਵਹਿਮ ਨਾ ਕਰੋ, ਪਰਮਾਤਮਾ ਤੇ ਭਰੋਸਾ ਰੱਖੋ, ਪਰਮਾਤਮਾ ਤੇ ਭਰੋਸਾ ਰੱਖੋ। ਹਾਂਜੀ ਮੈਂ ਸਮਝਦਾ ਤੁਹਾਡੀ ਗੱਲ, ਮੈਂ ਹੁਣ ਵੀ ਨਾ ਇਹ ਕਿਸੇ ਦੀ ਕੋਠੀ ਦੇ ਵਿੱਚ ਟੇਬਲ ਦਾ ਹੀ ਕੰਮ ਕਰ ਰਿਹਾ ਵਾਂ, ਕੰਮ ਕੰਪਲੀਟ ਹੋ ਗਿਆ, ਉਹਦੀ ਵੀਡੀਓ ਬਣਾ ਰਿਹਾ ਵਾਂ। ਠੀਕ ਹੈ ਜੀ, ਅਸੀਂ ਕੰਮ ਕਰੀਦਾ ਰੀਲ ਦੇ ਨਾਲ, ਔਰ ਆਪ ਹੱਥੀਂ ਕੰਮ ਕਰੀਦਾ। ਉਹ ਇੱਦਾਂ ਹੀ ਹੁੰਦਾ ਵੀਰ ਜੀ, ਹਾਂਜੀ ਇੱਦਾਂ ਹੀ ਹੁੰਦਾ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਹਾਂਜੀ ਅੱਛਾ, ਅਸੀਂ ਲਾਈਟ ਤੁਹਾਨੂੰ ਦੇਣੀ ਹੈ ਵੂਡਨ ਬਣਾ ਕੇ। ਹਾਂਜੀ ਠੀਕ ਹੈ ਜੀ, ਵੂਡਨ ਲਾਈਟ ਦੇਵਾਂਗੇ, ਔਰ ਉਹ ਵੂਡਨ ਲਾਈਟ ਦੀ ਲਾਈਫ ਟਾਈਮ ਚੱਲਦੀ ਹੈ। ਹਾਂਜੀ ਉਹਨਾਂ ਦੀ ਕਦੀ ਪ੍ਰੋਬਲਮ ਨਹੀਂ ਆਉਂਦੀ ਵੂਡਨ ਲਾਈਟ ਵਿੱਚ। ਹਾਂਜੀ ਉਹਦੇ ਵਿੱਚ ਅਸੀਂ ਉਹ ਵੂਡਨ ਲਾਈਟ ਜਿਹੜੀ ਪੂਲ ਟੇਬਲ ਦੀ ਹੈ ਨਾ, ਉਹ ਹੁੰਦੀ ਕੋਈ ਅੰਦਾਜ਼ਨ 5 ਫੁੱਟ ਤੋਂ 5 ਕੁ ਫੁੱਟ ਦੇ ਕਰੀਬ ਹੁੰਦੀ ਹੈ, ਅਤੇ ਉਹਦੇ ਵਿੱਚ 2 ਟਿਊਬਾਂ ਲੱਗ ਜਾਂਦੀਆਂ CFL, 23 ਵਾਟ ਦੀ ਜਾਂ 25 ਵਾਟ ਦੀ ਜਲੇਬੀ ਟਾਈਪ ਹੁੰਦੀ ਜਿਹੜੀ। ਸਰ ਕਿਸੇ ਕੰਮ ਦੀ ਨਹੀਂ ਹੈਗੀ, ਉਹ ਵੀ ਲਾ ਦਾਂਗੇ ਜੀ, ਉਹ ਕਹੋਗੇ ਤਾਂ ਕਿਸੇ ਕੰਮ ਦੀਆਂ ਨਹੀਂ ਹੁੰਦੀਆਂ ਉਹ ਫੈਂਸੀ। ਫਿਰ ਵੀਰ ਜੀ ਚੀਜ਼ ਹੰਡੇ ਵਾਲੀ ਬਣਾਉਣੀ ਚਾਹੀਦੀ ਹੈ, ਨਾ ਕਿ ਛੋਟੀ ਵਾਲੀ। ਸਾਡੇ ਕੋਲ ਤਾਂ ਦੋਨੋਂ ਚੀਜ਼ਾਂ ਅਵੇਲੇਬਲ ਨੇ, ਤੁਸੀਂ ਜਿਹੜੀ ਕਹੋਗੇ ਅਸੀਂ ਉਹ ਬਣਾ ਦਿੰਦੀਆਂ। ਤੁਸੀਂ ਕੋਈ ਗੱਲ ਨਹੀਂ, ਤੁਹਾਨੂੰ ਅਸੀਂ ਉਹ ਲਾ ਦਿਆਂਗੇ। ਹੋਰ ਦੱਸੋ, ਮੈਂ ਵੀਡੀਓ ਭੇਜ ਹੀ ਦੇਵਾਂਗਾ ਤੁਹਾਨੂੰ। ਅੱਛਾ ਅੱਛਾ, ਉਹ ਵਟਸਐਪ 'ਤੇ ਆ? ਚਲੋ ਮੈਂ ਇੱਦਾਂ ਕਰਾਂਗਾ, ਮੈਂ ਹੁਣ ਤਾਂ ਇੱਧਰ ਘੰਟੇ ਕੁ ਤੱਕ ਮੈਂ ਫ੍ਰੀ ਹੋਵਾਂਗਾ। ਲਾਈਟ ਤਾਂ ਮੈਂ ਨਹੀਂ ਦਿਖਾ ਸਕਦਾ ਉਦੋਂ, ਕਿਉਂਕਿ ਹੁਣ ਮੈਂ ਟੇਬਲ ਜਿੱਥੇ ਲਗਾ ਦਿੱਤਾ, ਹੁਣ ਤਾਂ ਮੈਨੂੰ ਤੁਹਾਡਾ ਆਰਡਰ ਆਇਆ ਅਤੇ ਉਹਦਾ ਸ਼ੁਰੂ ਕਰਨਾ ਕੰਮ, ਤਾਂ ਬਾਕੀ ਮੈਂ ਤੁਹਾਨੂੰ ਦਿਖਾ ਦਊਂਗਾ ਕੁਛ ਨਾ ਕੁਛ। ਕਿਵੇਂ? ਹਾਂਜੀ ਹਾਂਜੀ ਹਾਂਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਸਰ, ਤੁਹਾਡੀ ਆਵਾਜ਼ ਨਹੀਂ ਆਈ, ਵਿੱਚ ਆਵਾਜ਼ ਕੱਟ ਗਈ ਸੀਗੀ। ਹੈਲੋ ਹੈਲੋ, ਹਾਂਜੀ ਹੁਣ ਆਈ ਆਵਾਜ਼, ਠੀਕ ਹੈ, ਕੋਈ ਨਹੀਂ ਹੋਈ। ਹਾਂਜੀ ਵੀਰ ਜੀ, ਤੁਸੀਂ ਕੀ ਕਹਿ ਰਹੇ ਸੀ? ਕੋਟਾ? ਹਾਂਜੀ ਸਰ, ਕੁਛ ਵੀ ਨਹੀਂ,
ਲਗਵਾਉਣ ਦੀ ਲੋੜ। ਹਾਂਜੀ ਉਹ ਕਹਿੰਦੇ ਕਾਰਪੇਟ ਕਰਵਾਓ। ਯਾਰ ਤੁਸੀਂ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਜੀ ਸਰ, ਨਹੀਂ ਗੁੱਸਾ ਰੱਖ ਕਿਉਂ ਨਹੀਂ ਚੱਲਦਾ? ਇੱਕ ਪਾਸੇ ਤੁਸੀਂ ਕਹਿੰਦੇ ਹੋ ਮੈਂ ਬੜਾ ਪਰੇਸ਼ਾਨ ਹੋਇਆ, ਬੜਾ ਮਤਲਬ ਤੰਗ ਹੋਇਆ ਹੋਇਆ ਵਾ ਪੈਸਿਆਂ ਤੋਂ, ਠੀਕ ਹੈ ਜੀ। ਦੂਸਰੇ ਪਾਸੇ ਤੁਸੀਂ ਕਾਰਪੇਟ ਵਿੱਚ ਆਪਣੀਆਂ ਗੱਲਾਂ ਕਰਦੇ ਹੋ, 2000 ਸਕੇਅਰ ਫੁੱਟ 8 ਰੁਪਏ ਸਕੇਅਰ ਫੁੱਟ ਦਾ ਤੁਸੀਂ ਸਰ, ਤੁਸੀਂ ਇੱਦਾਂ ਪਤਾ ਕੀ ਗੱਲ ਹੁੰਦੀ ਹੈ, ਇਹ ਤੁਹਾਡੀ ਗੱਲ ਠੀਕ ਹੈ, ਯਾਰ ਦੋਸਤ ਕਈ ਵਾਰੀ ਸ਼ਰਾਰਤਾਂ ਵੀ ਕਰਦੇ ਆ ਇੱਦਾਂ। ਨਹੀਂ ਨਹੀਂ ਤੁਸੀਂ ਸਰ, ਤੁਸੀਂ ਨੈਗੇਟਿਵ ਨਾ ਸੋਚੋ, ਤੁਹਾਨੂੰ ਪੋਜ਼ਿਟਿਵ ਰਿਜ਼ਲਟ ਅਸੀਂ ਦੇਵਾਂਗੇ ਤੁਹਾਡੀ ਚੀਜ਼ ਦਾ, ਔਰ ਇੰਨਾ ਕੁ ਤਾਂ ਅਸੀਂ ਗਰੰਟੀ ਕਰ ਲਵਾਂਗੇ ਕਿ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਹੀ ਮਿਲੇਗਾ। ਨੈਗੇਟਿਵ ਮਿਲਣ ਦਾ ਸਰ ਤੁਸੀਂ ਵਹਿਮ 'ਚ ਪਵੋਗੇ ਅਤੇ ਆਪਣਾ ਨੁਕਸਾਨ ਕਰੋਗੇ, ਵਹਿਮ ਬਿਲਕੁਲ ਨਾ ਕਰੋ। ਵਹਿਮ ਬੰਦੇ ਨੂੰ ਖਾ ਜਾਂਦਾ ਉੱਦਾਂ ਹੀ, ਵਹਿਮ ਦਾ ਇਲਾਜ ਤਾਂ ਡਾਕਟਰਾਂ ਕੋਲ ਵੀ ਹੈਨੀ ਗਾ, ਅਸੀਂ ਖੁਦ ਡਾਕਟਰ ਹੈਗੇ ਹਾਂ। ਨਹੀਂ ਸਰ ਪਤਾ ਕੀ ਗੱਲ ਹੈ, ਮੈਂ ਤੁਹਾਨੂੰ